ਦੋਸਤੋ ਪਾਸਟ ਕੰਟੀਨਿਊਸ ਟੈਂਸ ਵੀ ਆਪਾਂ ਦੇ ਸਿੱਖ ਲਿਆ, ਸਮਝ ਲਿਆ, ਤੇ ਹੁਣ ਆਪਾਂ ਫਿਊਚਰ ਕੰਟੀਨਿਊਸ ਟੈਂਸ ਹੈ ਜਿਹੜਾ ਉਹਨੂੰ ਸਿੱਖਣ ਦੀ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੋਸਤੋ ਫਿਊਚਰ ਭਵਿੱਖ ਆਉਣ ਵਾਲਾ ਸਮਾਂ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਜਿਹੜਾ ਮਰਜ਼ੀ ਕੰਟੀਨਿਊਸ ਹੋਵੇ ਉਹਦੇ ਵਿੱਚ ਵਰਬ ਦੀ ਪਹਿਲੀ ਫਾਰਮ ਨਾਲ ING ਲਗਾਉਣਾ ਹੈ, ਠੀਕ ਹੈ ਜੀ। ਇਹ ਵੀ ਕੰਟੀਨਿਊਸ ਹੈ, ਇਹ ਤਾਂ ਕਲੀਅਰ ਹੋ ਗਈ ਕਿ ਵਰਬ ਦੀ ਪਹਿਲੀ ਫਾਰਮ ਭਾਵੇਂ ਉਹ ਪੋਜੀਟਿਵ ਹੋਵੇ, ਨੈਗੇਟਿਵ ਹੋਵੇ, ਇੰਟਰੋਗੇਟਿਵ ਹੋਵੇ, ਜਿਹੜਾ ਮਰਜ਼ੀ ਸੈਂਟੈਂਸ ਹੋਵੇ ਉਹਦੇ ਵਿੱਚ ਵਰਬ ਦੀ ਪਹਿਲੀ ਫਾਰਮ ਨਾਲ ING। ਜਿੱਦਾਂ ਕਿ ਆਪਾਂ ਇਹ ਗੱਲ ਕੀਤੀ ਹੈ ਕਿ ਜਿੰਨੇ ਵੀ ਇਹ ਟੈਂਸ ਨੇ 12 ਤਰ੍ਹਾਂ ਦੇ ਨੇ, 12 ਦੇ ਵਿੱਚੋਂ 6 ਐਸੇ ਟੈਂਸ ਨੇ ਜਿਨ੍ਹਾਂ 'ਚ ਵਰਬ ਦੀ ਪਹਿਲੀ ਫਾਰਮ ਨਾਲ ING ਲੱਗਦਾ ਹੈਗਾ। ਅਤੇ ਦੋਸਤੋ ਇਹਦੇ ਰੂਲ ਆਪਾਂ ਇੱਥੇ ਜਿਹੜੇ ਰੂਲ ਇਹਦੀ ਜਿਹੜੀ ਪਹਿਚਾਣ ਹੈ ਪਹਿਲਾਂ ਤਾਂ ਉਹੀ ਜਿਵੇਂ ਪੰਜਾਬੀ 'ਚ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਰਹੀਆਂ ਹੋਣਗੀਆਂ, ਜਿਵੇਂ ਐਂਡ 'ਚ ਆਪਾਂ ਇੱਕ ਸੈਂਟੈਂਸ ਲਿਖ ਕੇ ਦੇਖ ਲੈਂਦੇ ਹਾਂ, ਉਹੀ ਜਿਹੜਾ ਆਪਣਾ ਪਿੱਛੇ ਤੋਂ ਚੱਲ ਰਿਹਾ, ਉਹ ਸਕੂਲ ਜਾ ਰਿਹਾ ਹੋਵੇਗਾ, ਠੀਕ ਹੈ ਜੀ। ਇਹ ਹੋ ਗਿਆ, ਉਹ ਸਕੂਲ ਜਾ ਰਿਹਾ ਹੋਵੇਗਾ, ਇਹਦੀ ਪਹਿਚਾਣ ਹੈ ਜਿਹੜੀ ਇਹ ਹੈ, ਰਿਹਾ ਹੋਵੇਗਾ। ਜਿਹੜੇ ਸੈਂਟੈਂਸ ਦੇ ਐਂਡ 'ਚ ਆ ਗਿਆ ਰਿਹਾ ਹੋਵੇਗਾ, ਉਹਦਾ ਮਤਲਬ ਇਹ ਹੋ ਗਿਆ ਕਿ ਉਹ ਫਿਊਚਰ ਕੰਟੀਨਿਊਸ ਟੈਂਸ ਹੈਗਾ, ਠੀਕ ਹੈ ਜੀ। ਇਹ ਜਿਹੜੇ ਰਿਹਾ, ਰਹੀ, ਰਹੇ, ਵਰਡ ਆ ਰਹੇ ਨੇ ਜਿਹਨਾਂ 'ਚ, ਇਹਨਾਂ 'ਚ ਸਾਰਿਆਂ 'ਚ ਹੀ ਵਰਬ ਦੀ ਪਹਿਲੀ ਫਾਰਮ ਨਾਲ ING ਲੱਗੇਗਾ, ਠੀਕ ਹੈ ਜੀ। ਹੁਣ ਇਹਨੂੰ ਆਪਾਂ ਟਰਾਂਸਲੇਟ ਕਰ ਲੈਂਦੇ ਹਾਂ, ਪੈਨ ਦਾ ਕਲਰ ਚੇਂਜ ਕਰ ਦਿੰਦੇ ਹਾਂ ਜੀ। ਜਿਵੇਂ ਮੰਨ ਲਓ ਉਹ ਸਕੂਲ ਜਾ ਰਿਹਾ ਹੋਵੇਗਾ, ਪਹਿਲਾਂ ਆਪਾਂ ਸਬਜੈਕਟ ਲਗਾਵਾਂਗੇ ਹੀ, ਠੀਕ ਹੈ ਜੀ। ਫਿਰ ਵਿਲ ਬੀ, ਵਿਲ, ਠੀਕ ਹੈ ਜੀ, ਵੀ। ਫਿਰ ਆਪਾਂ ਲਗਾਵਾਂਗੇ ਵਰਬ ਦੀ ਪਹਿਲੀ ਫਾਰਮ ਨਾਲ ING, ਗੋਇੰਗ। ਉਸੇ ਤਰ੍ਹਾਂ ਪਹਿਲਾਂ ਵਾਂਗੂ ਫਿਰ ਓਬਜੈਕਟ ਸਕੂਲ, ਠੀਕ ਹੈ ਜੀ। ਇਸ ਤਰ੍ਹਾਂ ਹੀ ਵਿਲ ਬੀ ਗੋਇੰਗ ਟੂ ਸਕੂਲ, ਉਹ ਸਕੂਲ ਜਾ ਰਿਹਾ ਹੋਵੇਗਾ। ਜੇ ਆਪਾਂ ਇਹਨੂੰ ਬਣਾਉਣਾ ਹੋਵੇ ਨੈਗੇਟਿਵ ਤਾਂ ਬਿਲ ਤੋਂ ਬਾਅਦ ਨੋਟ ਲੱਗੇਗਾ, ਠੀਕ ਹੈ ਜੀ। ਇੰਨਾ ਯਾਦ ਰੱਖਿਓ, ਉਹ ਸਕੂਲ ਨਹੀਂ ਜਾ ਰਿਹਾ ਹੋਵੇਗਾ। ਜੇ ਇੱਥੇ ਆਪਾਂ ਨਹੀਂ ਵਰਡ ਐਡ ਕਰ ਦਈਏ ਕਿ ਇਹਨੂੰ ਨੈਗੇਟਿਵ ਆਪਾਂ ਬਣਾ ਲਏਗਾ, ਤਾਂ ਬਿੱਲ ਤੋਂ ਬਾਅਦ ਨੋਟ ਲੱਗੇਗਾ, ਬਿੱਲ ਨੋਟ ਬੀ। ਇਹ ਜਿਹੜਾ ਬੀ ਵਰਡ ਹੈ ਇਹ ਤੋਂ ਬਾਅਦ ਨੋਟ ਨਹੀਂ ਲਗਾਉਣਾ, ਠੀਕ ਹੈ ਜੀ। ਇਹ ਬਿੱਲ ਤੋਂ ਬਾਅਦ ਨੋਟ ਲਗਾ ਕੇ ਫਿਰ ਜਿਹੜਾ ਬੀ ਵਰਡ ਹੈ ਉਹ ਲਿਖਣਾ ਹੈ, ਮਤਲਬ ਬਿੱਲ ਤੇ ਬੀ ਦੇ ਵਿਚਕਾਰ ਸੈਂਟਰ 'ਚ ਨੋਟ ਲਗਾਉਣਾ ਹੈ। ਬਿੱਲ ਤੋਂ ਪਹਿਲਾਂ ਨਹੀਂ ਲਗਾਉਣਾ ਤੇ ਬੀ ਤੋਂ ਬਾਅਦ ਨਹੀਂ ਲਗਾਉਣਾ, ਬਿੱਲ ਤੇ ਬੀ ਦੇ ਵਿਚਕਾਰ ਨੋਟ ਲਗਾਉਣਾ, ਫਿਰ ਇਹ ਨੈਗੇਟਿਵ ਸੈਂਟੈਂਸ ਹੈ ਜਿਹੜਾ ਇਹ ਆਪਣਾ ਠੀਕ ਬਣੂਗਾ, ਠੀਕ ਹੈ ਜੀ। ਜੇ ਹੁਣ ਅੱਗੇ ਆਪਾਂ ਦੇਖ ਲੈਂਦੇ ਹਾਂ, ਜੇ ਇੰਟੈਰੋਗੇਟਿਵ ਹੈ ਇਹ ਵਾਲਾ, ਜੇ ਇੰਟੈਰੋਗੇਟਿਵ ਹੈ ਤਾਂ ਬਿੱਲ ਹੈ ਜਿਹੜਾ ਇਹ ਵਰਡ, ਤਾਂ ਇਹ ਸਟਾਰਟਿੰਗ 'ਚ ਲਗਾਉਣਾ ਹੈ। ਜਿਵੇਂ ਆਈ ਤੇ ਵੂਈ ਨਾਲ ਆਪਾਂ ਗੱਲ ਕੀਤੀ ਹੈ, ਸ਼ੈਲ ਦੀ ਵਰਤੋਂ ਕਰਦੇ ਹਾਂ ਆਪਾਂ ਨੇ, ਤਾਂ ਫਿਰ ਸ਼ੈਲ ਜਾਂ ਬਿੱਲ ਹੈ ਜਿਹੜਾ ਉਹ ਅੱਗੇ ਲੱਗੂਗਾ, ਫਿਰ ਸਬਜੈਕਟ ਲੱਗੂਗਾ, ਫਿਰ ਬੀ ਲੱਗੂਗਾ। ਇਹਦਾ ਮਤਲਬ ਇਹ ਨਹੀਂ ਸੋਚਣਾ ਕਿ ਬਿੱਲ ਤੇ ਬੀ ਇਹਨਾਂ ਨੂੰ ਇਕੱਠੇ ਰੱਖਣਾ ਹੈ,
ਇਹਨਾਂ ਨੂੰ ਜਦੋਂ ਨੈਗੇਟਿਵ ਜਾਂ ਇੰਟੈਰੋਗੇਟਿਵ ਬਣਦਾ ਹੈ ਉਦੋਂ ਇਹਨਾਂ ਨੂੰ ਅਲੱਗ ਅਲੱਗ ਕਰ ਦੇਣਾ ਹੈ। ਇਹਨਾਂ 'ਚ ਜੇ ਨੈਗੇਟਿਵ ਹੈ ਤਾਂ ਨੋਟ ਲੱਗ ਜੂਗਾ ਸੈਂਟਰ 'ਚ, ਜੇ ਇੰਟੈਰੋਗੇਟਿਵ ਹੈ ਤਾਂ ਸਬਜੈਕਟ ਲੱਗ ਜੂਗਾ, ਠੀਕ ਹੈ ਜੀ। ਇਸੇ ਤਰ੍ਹਾਂ ਹੋਰ ਜੇ ਇਹ ਨੈਗੇਟਿਵ ਅਤੇ ਇੰਟੈਰੋਗੇਟਿਵ ਦੋਨੋਂ ਹੈ ਤਾਂ ਫਿਰ ਪਹਿਲਾਂ ਬਿੱਲ, ਜੇ ਡਬਲਯੂ ਐਚ ਫੈਮਿਲੀ ਮੈਂਬਰ ਹੈਗਾ ਹੈ ਤਾਂ ਪਹਿਲਾਂ ਸਭ ਤੋਂ ਉਹ ਸਟਾਰਟਿੰਗ ਦੇ ਵਿੱਚ ਜਿਵੇਂ ਵੇਅਰ ਵੈਨ ਹੂ, ਇਸ ਤਰ੍ਹਾਂ ਕਦੋਂ ਕੌਣ ਕਿੱਥੇ ਕਿਵੇਂ, ਫਿਰ ਬਿੱਲ, ਫਿਰ ਸਬਜੈਕਟ, ਫਿਰ ਨਾਊਟ, ਫਿਰ ਬੀ। ਇਹਨੂੰ ਚੰਗੀ ਤਰ੍ਹਾਂ ਥੋੜ੍ਹਾ ਜਿਹਾ ਧਿਆਨ 'ਚ ਕਰ ਲਓ, ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ। ਕਈ ਵਾਰੀ ਆਪਾਂ ਬਿੱਲ ਦੇ ਨਾਲ ਹੀ ਸਿੱਧਾ ਬੀ ਲਗਾ ਦਿੰਦੇ ਹਾਂ ਜਾਂ ਫਿਰ ਬਿੱਲ ਸਬਜੈਕਟ ਤੋਂ ਬਾਅਦ ਬੀ ਲਗਾ ਦਿੰਦੇ ਹਾਂ। ਇਹਦੇ ਵਿੱਚ ਜਿਹੜੇ ਨੈਗੇਟਿਵ ਇੰਟੈਰੋਗੇਟਿਵ ਨੇ ਉਹਨਾਂ ਵਿੱਚ ਪਹਿਲਾਂ ਬਿੱਲ, ਫਿਰ ਸਬਜੈਕਟ, ਫਿਰ ਨੋਟ, ਫਿਰ ਬੀ ਲਗਾਉਣਾ ਹੈ, ਫਿਰ ਵਰਬ ਦੀ ਫਸਟ ਫੋਰਮ ਲਗਾਉਣੀ ਹੈ, ਫਿਰ ਓਬਜੈਕਟ ਲਗਾਉਣਾ ਹੈ। ਇਹਨੂੰ ਆਪਾਂ ਸਮਝ ਲੈਂਦੇ ਹਾਂ ਲਿਖ ਕੇ ਟਰਾਂਸਲੇਟ ਕਰਕੇ। ਪੰਜਾਬੀ 'ਚ ਲਿਖੀਏ ਪਹਿਲਾਂ ਵਾਕ ਨੂੰ ਆਪਾਂ, ਉਹ ਕਿੱਥੇ ਸਕੂਲ ਨਹੀਂ ਜਾ ਰਿਹਾ ਹੋਵੇਗਾ, ਠੀਕ ਹੈ ਜੀ। ਕੁਸ਼ਚਨ ਮਾਰਕ, ਕਲਰ ਚੇਂਜ, ਉਹ ਕਿੱਥੇ ਸਕੂਲ ਨਹੀਂ ਜਾ ਰਿਹਾ ਹੋਵੇਗਾ। ਡਬਲਯੂ ਐਚ ਫੈਮਿਲੀ ਮੈਂਬਰ ਹੈ, ਵੇਅਰ, ਠੀਕ ਹੈ ਜੀ। ਫਿਰ ਬਿੱਲ ਲੱਗਿਆਗਾ, ਬਿੱਲ, ਫਿਰ ਸਬਜੈਕਟ ਲੱਗਿਆਗਾ ਉਹ ਵਾਲਾ, ਠੀਕ ਹੈ ਜੀ। ਫਿਰ ਨੋਟ ਲੱਗਿਆਗਾ ਇੱਥੇ। ਇਹ ਹੋ ਗਿਆ ਡਬਲਯੂ ਐਚ ਫੈਮਿਲੀ ਮੈਂਬਰ, ਠੀਕ ਹੈ ਜੀ। ਇਹ ਹੋ ਗਿਆ ਬਿੱਲ, ਇਹ ਹੋ ਗਿਆ ਸਬਜੈਕਟ, ਅਤੇ ਇਹ ਹੋ ਗਿਆ ਨੋਟ, ਠੀਕ ਹੈ ਜੀ। ਇਹ ਫਿਰ ਉਹਦੇ ਨਾਲ ਬੀ ਲੱਗਿਆਗਾ, ਵਿਲ ਹੀ ਨੋਟ ਬੀ। ਇਹ ਧਿਆਨ 'ਚ ਕਰ ਲਓ, ਬਿੱਲ, ਫਿਰ ਸਬਜੈਕਟ, ਫਿਰ ਨੋਟ, ਫਿਰ ਬੀ, ਫਿਰ ਪਲੱਸ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ, ਠੀਕ ਹੈ। ਆਈ ਇਹ ਕੀ ਹੋਏਗਾ, ਗੋਇੰਗ, ਗੋਇੰਗ, ਠੀਕ ਹੈ ਜੀ। ਫਿਰ ਇਹ ਜਿਹੜਾ ਓਬਜੈਕਟ ਹੈਗਾ ਇਹ ਸਕੂਲ, ਫਿਰ ਕੁਸ਼ਚਨ ਮਾਰਕ ਵੀ ਲੱਗੇਗਾ ਐਂਡ 'ਚ। ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀ ਸਮਝ ਆ ਗਿਆ ਹੋਵੇਗਾ। ਅੱਗੇ ਕੁਛ ਇਹਦੀਆਂ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, ਇਹਨਾਂ ਦੀ ਹੈਲਪ ਨਾਲ ਆਪਾਂ ਹੋਰ ਥੋੜ੍ਹਾ ਕਲੀਅਰ ਕਰ ਲੈਂਦੇ ਹਾਂ। ਆਈ ਵਿਲ ਬੀ ਬਾਇੰਗ ਨਿਊ ਕਲੋਥਸ, ਮੈਂ ਨਵੇਂ ਕੱਪੜੇ ਖਰੀਦ ਰਿਹਾ ਹੋਵਾਂਗਾ, ਠੀਕ ਹੈ ਜੀ। ਦੇਖੋ ਵਿਲ ਬੀ ਬਾਇੰਗ, ਖਰੀਦ ਰਿਹਾ ਹੋਵੇਗਾ, ਇਹ ਤਾਂ ਕੰਟੀਨਿਊਸ ਦੇ ਵਿੱਚ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਦੀ ਆਪਾਂ ਵਰਤੋਂ ਕਰਦੇ ਹਾਂ, ਠੀਕ ਹੈ ਜੀ। ਆਈ ਅਤੇ ਵੀ ਨਾਲ ਸ਼ੈਲ ਵੀ ਲਗਾ ਸਕਦੇ ਹਾਂ ਆਪਾਂ, ਪਰ ਜ਼ਿਆਦਾ ਬਰੀਕੀ 'ਚ ਬਿੱਲ ਅਤੇ ਸ਼ੈਲ, ਬਿੱਲ ਅਤੇ ਸ਼ੈਲ ਦੇ ਵਿੱਚ ਕੀ ਫਰਕ ਹੈ ਉਹ ਕਿਸੇ ਅੱਗੇ ਹੋਰ ਵੀਡੀਓ 'ਚ ਕਲੀਅਰ ਕਰਾਂਗੇ। ਤੁਸੀਂ ਆਈ ਅਤੇ ਵੀ ਆ ਗਿਆ, ਇਹਨਾਂ ਨਾਲ ਸ਼ੈਲ ਵੀ ਲਗਾ ਦੋਗੇ ਤਾਂ ਵੀ ਠੀਕ ਹੋਏਗਾ ਤੁਹਾਡਾ ਸੈਂਟੈਂਸ, ਠੀਕ ਹੈ ਜੀ। ਅਤੇ ਉਸੇ ਤਰ੍ਹਾਂ ਇਹਨਾਂ ਦੇ ਨਾਲ ਸ਼ੈਲ ਜਾਂ ਬਿੱਲ ਹੋਊਗਾ ਉਹਦੇ ਨਾਲ ਵੀ, ਠੀਕ ਹੈ ਜੀ। ਪਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ, ਯਾਰ ਦੋਸਤ ਮਿੱਤਰ ਇਹ ਦੇਖ ਸਕਦੇ ਨੇ ਜਿਹੜੇ ਸੈਂਟੈਂਸ ਲਿਖੇ ਹੋਏ ਨੇ, ਤੁਹਾਨੂੰ ਕਲੀਅਰ ਹੋ ਜਾਏਗਾ। ਸਕਰੀਨ ਸ਼ੋਟ ਲੈ ਕੇ ਪ੍ਰੈਕਟਿਸ ਕਰ ਸਕਦੇ ਨੇ, ਪੜ੍ਹ ਸਕਦੇ ਨੇ।